ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਸੇਵਾ ਸਿੰਘ ਸੇਖਵਾ ਸੀਮਾ ਸਿੰਘ ਸੇਖਵਾ ਦਾ ਇਸ ਵੇਲੇ ਦੇਹਾਂਤ ਹੋ ਚੁੱਕਿਆ ਹੈ ਸੇਵਾ ਸਿੰਘ ਸੇਖਵਾ ਟਕਸਾਲੀ ਅਕਾਲੀ ਆਗੂ ਮੰਨੇ ਜਾਂਦੇ ਸੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਲੰਮਾ ਸਮਾਂ ਰਹੇ ਨੇ ਕਾਨੂੰਨਾਂ ਤੋਂ ਐਮਐਲਏ ਰਹੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਿਆ ਮੰਤਰੀ ਵੀ ਰਹੇ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਸ ਤੋਂ ਬਾਅਦ ਟੜਾ ਅੱਡ ਬਣਾ ਲੈਂਦੇ ਨੇ ਜਦੋਂ ਛੱਡ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਕਾਲੀ ਦਲ ਬਾਦਲ ਨੂੰ ਛੱਡ ਜਾਂਦੇ ਨੇ ਤੇ ਰঞ্জੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾ ਅਲੱਗ ਹੋ ਜਾਂਦੇ ਨੇ ਤੇ ਪ੍ਰਮੇਂਦਰ ਢੀਂਡਸਾ ਤੇ ਉਹਨਾਂ ਦੇ ਫਾਦਰ ਪ੍ਰਮੇਂਦਰ ਸਿੰਘ ਢੀਂਡਸਾ ਤੇ ਜੇ ਗੱਲ ਕਰ ਲਈਏ ਢੀਂਡਸਾ ਗਰੁੱਪ ਜੋ ਹੈ ਉਹ ਅਲੱਗ ਹੋ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਤੇ ਸੇਵਾ ਸਿੰਘ ਸੇਖਵਾ ਤੇ ਰঞ্জੀਤ ਸਿੰਘ ਬ੍ਰਹਮਪੁਰਾ ਗਰੁੱਪ ਜੋ ਹੈ ਉਹ ਅਲੱਗ ਹੋ ਜਾਂਦਾ ਤੇ ਹੁਣ ਹਾਲੀ ਆ ਦੇ ਵਿੱਚ ਜੋ ਹੈ ਅਗਸਤ ਦੇ ਵਿੱਚ ਜੁਆਇਨ ਕੀਤਾ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦੱਸਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ ਸਿਹਤ ਜੋ ਉਹਨਾਂ ਦੀ ਠੀਕ ਨਹੀਂ ਸੀ ਚੱਲ ਰਹੀ ਸਿਹਤ ਠੀਕ ਨਹੀਂ ਸੀ ਉਹਨਾਂ ਦੀ ਤੇ ਉਹਨਾਂ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਕੇਜੂਵਾਲ ਆਉਂਦੇ ਨੇ ਕੇਜੂਵਾਲ ਉਹਨਾਂ ਦੇ ਘਰ ਆਉਂਦੇ ਨੇ ਤੇ ਕੇਜੂਵਾਲ ਜੁਆਇਨ ਕਰਾਉਂਦੇ ਨੇ ਸਿਵਾ ਸਿੰਘ ਸੇਖਵਾ ਨੂੰ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਲੜਕੇ ਨੂੰ ਜੋ ਹੈ ਹਲਕਾ ਇੰਚਾਰਜ ਲਾਇਆ ਜਾਂਦਾ ਉੱਥੇ ਤੇ ਲੰਮੇ ਸਮੇਂ ਤੋਂ ਜੋ ਹੈ ਅ ਕਾਲੀ ਦਲ ਦੇ ਵਿੱਚ ਸੇਵਾਵਾਂ ਨਿਭਾਈਆਂ ਸੀ ਪੰਜਾਬ ਦੇ ਵਿੱਚ ਤੇ ਜੇ ਗੱਲ ਕਰ ਲਈਏ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਤੇ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਸੇਵਾ ਸਿੰਘ ਸੇਖਵਾ ਨੇ ਤੇ ਲਗਾਤਾਰ ਇਸ ਦੁੱਖਤੀ ਘੜੀ ਦੇ ਵਿੱਚ ਹੋਰ ਸਿਆਸਤਦਾਨਾਂ ਦੇ ਵੱਲੋਂ ਹੋਰ ਜਿਹੜੇ ਸਿਆਸਤਦਾਨ ਆ ਉਹਨਾਂ ਦੇ ਵੱਲੋਂ ਲਗਾਤਾਰ ਜੋ ਹੈ ਆਪਣਾ ਦੁੱਖ ਸਾਂਝਾ ਕੀਤਾ ਜਾ ਰਿਹਾ ਸੇਵਾ ਸਿੰਘ ਸੇਖਵਾ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਲੜਕੇ ਜਗਰੂਪ ਸਿੰਘ ਨੇ ਜਗਰੂਪ ਸਿੰਘ ਦੇ ਨਾਲ ਜੋ ਹੈ ਆਪਣਾ ਦੁੱਖ ਸਾਂਝਾ ਕਰ ਰਹੇ ਨੇ ਵੱਖ-ਵੱਖ ਸਿਆਸਤਦਾਨ ਕੇ ਸੇਵਾ ਸਿੰਘ ਸੇਖਵਾ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਹੇ ਨੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਯੋਗਦਾਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਲੰਮਾ ਸਮਾਂ ਸੇਵਾਵਾਂ ਨਭਾਈਆਂ ਨੇ ਕਾਨੂੰਨ ਮਾਨ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਵੀ रह ਚੁੱਕੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਨੇ ਸੋ ਲਗਾਤਾਰ ਹੋਰ ਵੀ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਦੋਕ ਸਾਂਝਾ ਕੀਤਾ ਜਾ ਰਿਹਾ ਉਹਨਾਂ ਦੇ ਲੜਕੇ ਜਗਰੂਪ ਸਿੰਘ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਬਿਮਾਰ ਬਿਮਾਰ ਸੀ ਕਿ ਲੰਮੇ ਸਮੇਂ ਤੋਂ ਸਿਹਤ ਜਿਹੜੀ ਉਹਨਾਂ ਦੀ ਠੀਕ ਨਹੀਂ ਸੀ ਆਪਾਂ ਤਸਵੀਰਾਂ ਦੇ ਵਿੱਚ ਵੀ ਦੇਖਦੇ ਆਏ ਹਾਂ ਜਦੋਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਅਗਸਤ ਇਸੇ ਸਾਲ ਅਗਸਤ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹਨਾਂ ਨੇ ਜਦੋਂ ਕੇਜੂਵਾਲ ਉਹਨਾਂ ਦੇ ਘਰ ਆਉਂਦੇ ਨੇ ਕੇਜੂਵਾਲ ਜੁਆਇਨ ਕਰਾਉਂਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਕੇਜੂਵਾਲ ਆਮ ਆਦਮੀ ਪਾਰਟੀ ਜੁਆਇਨ ਕਰਾਉਂਦੇ ਨੇ ਉਹਨਾਂ ਨੂੰ ਤੇ ਉਸ ਵੇਲੇ ਵੀ ਉਹਨਾਂ ਦੀ ਸਿਹਤ ਜਿਹੜੀ ਆ ਠੀਕ ਨਹੀਂ ਸੀ ਦੱਸੀ ਜਾ ਰਹੀ ਪਰ ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਸਿਹਤ ਠੀਕ ਨਹੀਂ ਸੀ ਉਹਨਾਂ ਦੀ ਹਾਲਾਂਕਿ ਅਕਾਲੀ ਦਲ ਨੂੰ ਛੱਡਤਾ ਸੀ ਉਹਨਾਂ ਨੇ ਆ ਰਣਜੀਤ ਸਿੰਘ ਬਰੰਪਰਾ ਤੇ ਅਕਾਲੀ ਤੇ ਸੇਵਾ ਸਿੰਘ ਸੇਖਵਾ ਇਕੱਠੇ ਜੁਨੇ ਅਕਾਲੀ ਦਲ ਛੱਡਦੇ ਨੇ ਅਕਾਲੀ ਦਲ ਛੱਡਣ ਤੋਂ ਬਾਅਦ ਦੇ ਵਿੱਚ ਨਵਾਂ ਫਰੰਟ ਤਿਆਰ ਕੀਤਾ ਜਾਂਦਾ ਟਕਸਾਲੀ ਅਕਾਲੀ ਦਲ ਜੋ ਆ ਤਿਆਰ ਕੀਤੀ ਜਾਂਦੀ ਹੈ ਤੇ ਢੀਂਡਸਾ ਗਰੁੱਪ ਅਲੱਗ ਹੋ ਜਾਂਦਾ ਢੀਂਡਸਾ ਗਰੁੱਪ ਜੋ ਹੈ ਅਲੱਗ ਹੋ ਕੇ ਸੰਯੁਗ ਅਕਾਲੀ ਦਲ ਦਾ ਗਠਨ ਕਰਦਾ ਤੇ ਹਾਲੀ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਸੇਵਾ ਸਿੰਘ ਸੇਖਵਾ ਨੇ ਸੇਵਾ ਸਿੰਘ ਸੇਖਵਾ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਪਰ ਹੁਣ ਜੋ ਹੈ ਉਹਨਾਂ ਦਾ ਦਿਹਾੰਤ ਹੋ ਚੁੱਕਿਆ ਹੈ ਤੇ ਲਗਾਤਾਰ ਜਿਹੜੇ ਸਿਆਸਤਦਾਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਦੁੱਖ ਦੀ ਘੜੀ ਹੈ ਪੰਜਾਬ ਦੇ ਸਿਆਸਤਦਾਨ ਜੋ ਨੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਦੋਵੇਂ ਪਾਰਟੀਆਂ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਬਾਦਲ ਦੇ ਵਿੱਚ ਵੀ ਲੰਮੀਆਂ ਸਿਮਾਵਾਂ ਨਿਭਾਈਆਂ ਨੇ ਅਕਾਲੀ ਦਲ ਬਾਦਲ ਦੇ ਵਿੱਚ ਸਿੱਖਿਆ ਮੰਤਰੀ ਵੀ ਰਹੇ ਚੁੱਕੇ ਨੇ 2007 ਵਾਲੀ ਜਿਹੜੀ ਸਰਕਾਰ ਸੀ ਉਸ ਦੇ ਵਿੱਚ ਸਿੱਖਿਆ ਮੰਤਰੀ ਵੀ ਰਹੇ ਚੁੱਕੇ ਨੇ ਤੇ ਲੰਮਾ ਸਮਾਂ ਪੰਜਾਬ ਦੀ ਸਿਆਸਤ ਦੇ ਵਿੱਚ ਯੋਗਦਾਨ ਦਿੱਤਾ ਤੇ ਲਗਾਤਾਰ ਦੁੱਖ ਜੋ ਹੈ ਸਾਂਝਾ ਕੀਤਾ ਜਾ ਰਿਹਾ ਉਹਨਾਂ ਦੇ ਲੜਕੇ ਜਗਰੂਪ ਸਿੰਘ ਦੇ ਨਾਲ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਦੇਵ